ਕਿਹੜੇ ਪਿੰਡ? ਸਤਨਾਮ ਸਿੰਘ ਭੁੱਲਰ ਪਿੰਡ। ਕੀ ਮਾਮਲਾ ਹੈ ਜੀ ਸਰ? ਮਾਮਲਾ ਸਰ ਇਹ ਪਹਿਲਾਂ ਆਪਣੇ ਦਾ ਰੇਂਜਰ ਰੱਖਦੇ ਆਉਂਦੇ ਸੀ ਵਿੱਚੋਂ। ਕਿਹੜੇ ਬੰਦੇ? ਇਹ ਕੁਲਦੀਪ ਸਿੰਘ ਮੇਹਰ ਸਿੰਘ ਦੇ ਪਰਿਵਾਰ 'ਚੋਂ ਆ, ਤਿੰਨੇ ਮੁੰਡੇ, ਚੌਥਾ ਸੁਖਵੰਤ ਸਿੰਘ ਆ। ਇਹਨਾਂ ਛੋਟੇ ਮੁੰਡੇ ਦੇ ਵਿੱਚ ਹੱਲਾਂ ਮਾਰੀਆਂ ਰਾਤ, ਮੈਂ ਵੀ ਨਾਲ 10:30 ਵਜੇ। ਉਸ ਤੋਂ ਬਾਅਦ ਇਹਨਾਂ ਨੂੰ ਮੇਰੇ ਦੋਹਰੇ ਘਰ ਜਾ ਕੇ ਪਏ ਇਸ ਗੱਲ ਤੋਂ। ਦੁਬਾਰੇ ਮਾਰਨ ਦੀ ਕੋਸ਼ਿਸ਼ ਕੀਤੀ ਛੋਟੇ ਨੂੰ, ਅਤੇ ਮਾਂ ਨੂੰ ਵੀ ਇਹਨਾਂ ਜਾਤੀ ਲਫ਼ਜ਼ ਵੀ ਬੋਲੇ ਨਾਲ, ਲੜਕਾਰੇ ਮਾਰੇ ਪੂਰੇ ਘਰ ਗੜੀ ਜਾ ਕੇ। ਹੁਣ ਇਹਨਾਂ ਨੇ ਝੂਠਾ ਪਰਚਾ ਬਣਾਉਂਦੇ ਪਏ 307 ਦਾ ਮੇਰੇ ਉੱਤੇ। ਰੰਜਿਸ਼ ਕੀ ਹੈ ਭਾਅ ਜੀ? ਧਮਕੀਆਂ ਦਿੰਦੇ ਪਏ। ਰੰਜਿਸ਼ ਇਹ ਭਾਅ ਜੀ ਪਹਿਲੇ ਦਿਨ ਤੋਂ ਰੱਖਦੇ ਪਏ, ਅੱਗੇ ਵੀ ਇਹਨਾਂ ਨੇ ਝਗੜਾ ਇੱਕ ਹੋ ਚੁੱਕਾ, 23-24 ਦਾ ਪਰਚਾ ਇਹਨਾਂ 'ਤੇ ਹੋਇਆ ਸੀ ਦਰਜ। ਹਾਂਜੀ, ਉਹਦੀਆਂ ਮੇਰੇ ਤੋਂ ਫੋਟੋ ਕਾਪੀਆਂ ਪਈਆਂ ਹੈਗੀਆਂ ਵਾ, ਉੱਤੇ ਜੁਰਮਾਨਾ ਵੀ ਲਿਖਿਆ ਹੋਇਆ ਸੀ ਜਿਹੜਾ ਵਾਅਦਾ ਕਰੂੰ, ਪਰ ਇਹਨੇ ਵਾਅਦਾ ਫੇਰ ਕਰਤਾ। ਦੋਹਰੇ ਜਾ ਕੇ ਮੇਰੇ ਘਰ ਇਸ ਨੇ ਲਲਕਾਰੇ ਮਾਰੇ, ਜਾਤੀ ਲਫ਼ਜ਼ ਬੋਲੇ ਮੈਨੂੰ ਵੀ ਤੂੰ, ਇਸ ਨੇ ਜਿਹਨੇ ਜਾਤੀ ਲਫ਼ਜ਼ ਚੂੜ ਚੜਾਵਾ ਬੋਲਿਆ ਵਾ, ਚੜਾਵਾ ਨੂੰ ਚੁੱਕ ਕੇ ਘਰ ਖੜਦੇ ਲਫ਼ਜ਼ ਇਹਨਾਂ ਬੋਲੇ। ਇਸ ਬੰਦੇ ਗਵਾਹ ਵੀ ਹੈਗੇ ਇਸ ਗੱਲ ਦੇ ਵੀ ਇਹਨਾਂ ਜਿਹਨਾਂ ਦੇ ਸਾਹਮਣੇ ਇਹਨੇ ਕਿਹਾ ਵੀ ਚੁੱਕ ਕੇ ਘਰ ਖੜਨੇ ਸੀ। ਕਿੱਥੇ ਸੱਟਾ ਲੱਗਿਆ ਤੁਹਾਡੇ? ਮੇਰੇ ਸਿਰ ਦੇ ਵਿੱਚ ਸਰ। ਭਰਾ ਤੁਹਾਡੇ? ਉਹਦੇ ਸਿਰ 'ਚ ਸਰ। ਕਿਹੜੇ ਹਥਿਆਰ ਸੀ? ਦਾਤਰ ਇੱਕ, ਕਿਰਚੀ ਸੁਖਵੰਤ ਸਿੰਘ ਦੇ ਹੱਥ 'ਚ, ਇੱਕ ਬਰਸ਼ਾ ਸੀ ਇਹਨਾਂ ਦੇ। ਉਹਨਾਂ ਦੇ ਕੁਛ ਹਥਿਆਰ ਸਾਡੇ ਘਰੇ ਵੀ ਪਏ ਆ, ਬਰਸ਼ਾ, ਦਾਤਰ। ਕਿੰਨੇ ਕੁ ਬੰਦੇ? ਬੰਦੇ ਸਰ 5 ਜਾਣੇ। ਪੁਲਿਸ ਸਾਡੀ ਕੰਪਲੇਂਟ ਕੀਤੀ ਨਾ, ਅੱਜ 23 ਤਰੀਕ ਤੋਂ ਅੱਜ ਤੱਕ ਪੁਲਿਸ ਸਾਡੇ ਤੱਕ ਬਿਆਨ ਲੈਣ ਤੱਕ ਨਹੀਂ ਪਹੁੰਚੀ। ਹਨ ਮਾਤਾ ਦੀ ਡੈਥ ਹੋ ਗਈ, ਇੱਕ ਸਾਡੀ ਤਾਈ ਜੀ ਉਹਨਾਂ ਦੀ, ਸਦਮਾ ਇਸੇ ਗੱਲ ਦਾ ਲੈ ਗਏ ਉਹ। ਇਹਨਾਂ ਨੇ ਉਦਣ ਸਾਨੂੰ ਘਰੇ ਜਾ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਉਦਣ ਦੇਖੋ ਗੱਲ ਕਰੀ ਜਾਂਦੀ ਸਾਡੇ ਮੁੰਡੇ ਮਾਰ ਦਿੰਦੇ ਉਹਨਾਂ, ਸਾਡੇ ਮੁੰਡੇ ਮਾਰ ਦਿੰਦੇ ਆ, ਅਤੇ ਰਾਤ ਵੀ ਉਹਨਾਂ ਦੀ ਤਾਂ ਡੈਥ ਹੋ ਗਈ ਆ ਇਹਨਾਂ ਦੇ ਸਦਮੇ ਦਾ ਕਰਕੇ। ਉੱਥੇ ਜ਼ਿੰਮੇਵਾਰ ਵੀ ਇਹ ਬਣਦੇ ਸਾਰੇ। ਪੁਲਿਸ ਨੂੰ ਦੱਸਿਆ ਇਸ ਬਾਰੇ? ਹਾਂਜੀ, ਕੰਪਲੇਂਟ ਕੀਤੀ ਹੈ। ਕੀ ਆਉਂਦੀ ਪੁਲਿਸ? ਉਹ ਕਹਿੰਦੇ ਆ ਵੀ ਬਣਦੀ ਕਾਰਵਾਈ ਪਾਵਾਂਗੇ ਹੁਣ ਜਿਹੜੀ ਪਊਗੀ। ਕੀ ਚਾਹੁੰਦੇ? ਸੋਹਣੇ ਆ ਵੀ ਸਾਡੀ ਜੋ ਮੰਗ ਆ, ਮਤਲਬ ਕਿ ਬਣਦੀ ਕਾਰਵਾਈ ਕੀਤੀ ਜਾਵੇ, ਜਿਹੜਾ ਇਹਨਾਂ ਨੇ ਮਤਲਬ ਕਿ ਸਾਡੇ 'ਤੇ ਆਣ ਕੇ ਵਾਅਦਾ ਕੀਤਾ, ਉਹ ਕੁਛ ਜਾਤੀ ਲਫ਼ਜ਼ ਸਾਨੂੰ ਬੋਲੇ ਆ ਇਹਨਾਂ ਨੇ ਆਣ ਕੇ, ਛੋਟੀ ਜਾਤ ਦਾ ਕਰਕੇ ਇਹਨਾਂ ਲਲਕਾਰੇ ਮਾਰੇ ਆ। ਹੁਣ ਇਹਨਾਂ ਚਾਹੁੰਦੇ ਆ ਵੀ ਜੋ ਇਹਨਾਂ ਨੇ ਝੂਠਾ ਬਣਾਇਆ ਇਲਜ਼ਾਮ ਸਾਰਾ, ਉਹ ਸਾਰਾ ਸਾਰਾ ਝੂਠਾ ਇਹਨਾਂ ਦਾ। ਨਾਮ ਦੱਸੋ ਜੀ ਆਪਣਾ। ਕਾਜਦੀਪ ਸਿੰਘ ਜੀ। ਪਿੰਡ ਭੁੱਲਰ। ਲੜਾਈ ਕੀ ਹੋਈ ਹੈ ਜੀ, ਦੱਸੋ ਤੇ ਗੱਲ। ਲੜਾਈ ਮੇਹਰ ਸਿੰਘ ਹੋਣੀ ਅਤੇ ਕੁਲਦੀਪ ਸਿੰਘ ਹੋਣੀ ਘਰੇ ਆਣ ਕੇ ਪੈ ਗਏ ਨੇ। ਵਜ੍ਹਾ? ਵਜ੍ਹਾ ਉਹਨਾਂ ਹੱਲਾ ਮਾਰੀਆਂ ਸੀ ਸਾਡੇ ਵਿੱਚ ਪਹਿਲਾਂ, ਅਤੇ ਘਰੇ ਆਣ ਕੇ ਮਤਲਬ ਭਰਾ ਮੇਰਾ ਮਤਲਬ ਚਲ ਗਿਆ, ਪਿੰਡ ਚਲ ਗਿਆ, ਅਤੇ ਉਹ ਪਿੱਛੋਂ ਆਣ ਕੇ ਸਾਡੇ ਘਰੇ ਮੇਰੀ ਮਾਤਾ ਜੀ ਨੇ ਸੱਟਾਂ ਲਾਤੀਆਂ ਉਹਨਾਂ, ਅਤੇ ਪਿੱਛੋਂ ਮੇਰੇ ਭਰਾ ਆਏ ਅਤੇ ਉਹਨਾਂ ਦੇ ਦਾਤਰ ਦੇ ਮਾਰਤੇ ਉਹਨਾਂ, ਕਾਫੀ ਸੱਟਾਂ ਲਾਈਆਂ ਸਿਰ 'ਚ, ਮਤਲਬ ਉਹਨਾਂ ਬਰਸ਼ੇ ਹੀ ਉਹਨਾਂ ਕੋਲ, ਅਤੇ ਭਰਾ ਮੇਰੇ ਦੀ ਖਿਰਚ ਵੀ ਮਾਰੀ ਉਹਨਾਂ, ਅਤੇ ਮਾਤਾ ਜੀ ਦੇ ਦਾਤਰ ਮਾਰਿਆ ਉਹਨਾਂ ਹੱਥ 'ਤੇ, ਅਤੇ ਹੋਰ ਉਹਨਾਂ ਕਾਫੀ ਮਤਲਬ ਕਿ ਗਾਲਾਂ ਮੰਦਾ ਵੀ ਕੀਤਾ ਜੀ, ਅਤੇ ਸਾਡੇ ਮਤਲਬ ਜਾਤ, ਸਾਡੀ ਜਾਤੀ ਨੂੰ ਵੀ ਮਤਲਬ ਕਿ ਇਹਨਾਂ ਕੀਤਾ ਜੀ। ਕੀ ਕਹਿੰਦੇ ਜੀ? ਚੂੜ ਚੜਾਮ ਕਹਿੰਦੇ ਨੇ, ਚੂੜੇ ਮਤਲਬ ਬਾਹਰ ਨਿਕਲੋ, ਗਾਲਾਂ ਕਾਫੀ ਕੱਢ ਕੇ ਗਏ ਨੇ। ਤਾਈ ਤੁਹਾਡੀ? ਤਾਈ ਸਾਡੀ ਵੀ ਮਤਲਬ ਪੂਰੀ ਹੋ ਗਈ ਹੈ ਉਹਨਾਂ ਦੇ ਕਾਰਨ, ਜਿੱਦਣ ਉਹ ਘਰੇ ਪਏ ਨੇ ਉੱਦਣ ਉਹ ਵੀ ਉੱਥੇ, ਅਤੇ ਉਹਨਾਂ ਸਗਮੇ ਕਾਰਨ ਉਹ ਵੀ ਪੂਰੇ ਹੋ ਗਏ ਨੇ। ਕਿੱਥੇ ਸੱਟਾਂ ਲੱਗੀਆਂ ਤੇਰੇ? ਮੇਰੇ ਸਿਰ 'ਚ ਲੱਗੀਆਂ, ਅਤੇ ਉਹਨਾਂ ਗੁੱਟ 'ਤੇ ਮਤਲਬ ਕਾਫੀ ਸੱਟਾਂ ਮਾਰੀਆਂ ਨੇ, ਗੁੱਟ ਭਰਾ ਦੇ ਸਿਰ 'ਚ ਲੱਗੀਆਂ ਨੇ, ਦਾਤਰ ਮਾਰੇ। ਪੁਲਿਸ ਨੂੰ ਦੱਸਿਆ ਜੀ? ਪੁਲਿਸ ਕਹਿੰਦੇ ਆ ਵੀ ਕਾਰਵਾਈ ਕਰਾਂਗੇ, ਹਜੇ ਤੱਕ ਕੋਈ ਇੱਥੇ ਬਿਆਨ ਲੈਣ ਨਹੀਂ ਆਇਆ ਹੋਸਪਿਟਲ। ਕੀ ਚਾਹੁੰਦੇ? ਅਸੀਂ ਚਾਹੁੰਦੇ ਹਾਂ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਉਹਨਾਂ ਖਿਲਾਫ਼। ਇੱਕ ਸਰ ਭੁੱਲਰ ਪਿੰਡ ਤੋਂ ਮਾਮਲਾ ਸਾਹਮਣੇ ਆਇਆ ਜੀ ਸਰ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਭੁੱਲਰ ਪਿੰਡ ਦੀ ਦੋ ਪਾਰਟੀਆਂ ਆਪਸੇ ਟਕਰਾਅ ਹੋਇਆ।